ਅੱਜ ਆਪਾਂ ਫੇਰ ਉਹੋ ਕੁਝ ਮੁੱਦੇ ਜਿਹੜੇ ਕਿ ਜਿਨ੍ਹਾਂ ਬਾਰੇ ਹਲੇ ਤੱਕ ਗੌਰ ਨਹੀਂ ਹੋਇਆ ਉਹਨਾਂ ਬਾਰੇ ਗੱਲ ਕਰ ਰਹੇ ਆ ਜਿਨ੍ਹਾਂ ਦੇ ਵਿੱਚੋਂ ਪਹਿਲਾ ਮੁੱਦਾ ਤਾਂ ਇਹ ਹੀ ਆ ਰਿਹਾ ਕਿ 14 ਮਈ ਨੂੰ ਜਿਹੜੇ ਪੇਪਰ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਆਪਾਂ ਕਿਹਾ ਗਿਆ ਇੱਕ ਪਟਵਾਰੀ ਦਾ ਪੇਪਰ ਔਰ ਚਾਰ ਪੰਜ ਪੇਪਰ ਹੋਰ ਨੇ ਉਹ ਹੋ ਰਹੇ ਨੇ ਜਿਹੜਾ ਕਿ ਪੀ ਟ੍ਰਿਪਲ ਐਸ ਬੋਲ ਲੈ ਰਹੇ ਆ ਪਰ ਉਸੇ ਦਿਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਵੀ ਸੈਕਸ਼ਨ ਅਫੀਸਰ ਦਾ ਪੇਪਰ ਜਿਹੜਾ ਸੀ ਅਨਾਉਂਸ ਕੀਤਾ ਹੋਇਆ ਤਾਂ ਕੈਂਡੀਡੇਟਸ ਕਈ ਥਾਵਾਂ ਦੇ ਉੱਤੇ ਕਾਮਨ ਹੈਗੇ ਨੇ ਔਰ ਜਿਨ੍ਹਾਂ ਨੇ ਫੀਸ ਭਰੀ ਹੋਈ ਹੈ ਔਰ ਸਰਕਾਰਾਂ ਨੇ ਫੀਸ ਲਈਤੀ ਹੋਈ ਹੈ ਤਾਂ ਕਿਤੇ ਨਾ ਕਿਤੇ ਫਰਜ਼ ਬਣ ਜਾਂਦਾ ਉੱਥੇ ਕਿ ਦੋਨੋਂ ਪੇਪਰਾਂ ਦੇਣ ਦੀ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਇਸ ਕਰਕੇ ਅਸੀਂ ਦੁਬਾਰਾ ਅਪੀਲ ਕਰਦੇ ਆਂ ਪੀਪੀਐਸਸੀ ਨੂੰ ਕਿ ਕਿਉਂਕਿ ਇਹਦੇ ਵਿੱਚ ਨੰਬਰ ਆਫ ਕੈਂਡੀਡੇਟਸ ਘੱਟ ਹੋ ਸਕਦੇ ਨੇ ਕਿ ਇਹ ਜਿਹੜਾ ਸੈਕਸ਼ਨ ਅਫੀਸਰ ਪੇਪਰ ਹੈਗਾ ਉਹਨੂੰ ਦੋ ਚਾਰ ਦਿਨ ਅੱਗੇ ਪਿੱਛੇ ਕਰ ਲਿਤਾ ਜਾਵੇ ਤਾਂ ਕਿ ਸਾਰੇ ਕੈਂਡੀਡੇਟਸ ਜਿਨ੍ਹਾਂ ਨੇ ਪੇਪਰ ਦੀ ਫੀਸ ਭਰੀ ਹੋਈ ਹੈ ਉਹ ਇਸ ਪੇਪਰ ਨੂੰ ਵੀ ਦੇ ਸਕਣ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਪੂਵਖੇ ਨਾ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਸਾਰੇ ਪੇਪਰ ਵੀ ਦੇ ਸਕਣ ਇਸੇ ਤਰੀਕੇ ਨਾਲ ਹੋਰ ਜਿਹੜੇ ਇਸ਼ੂਸ ਆਪਾਂ ਲੈ ਰਹੇ ਆਂ ਕਿ ਪੀ ਟ੍ਰਿਪਲ ਐਸ ਬੀ ਨੇ ਵੀ ਪੂਰੀ ਡੇਟ ਸ਼ੀਟ ਜਿਹੜੀ ਸੀ ਅਨਾਉਂਸ ਕਰ ਦਿੱਤੀ ਪਰ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਕੁਝ ਫੀਸ਼ੂਸ ਰਹਿ ਗਏ ਨੇ ਉਹਨਾਂ ਬਾਰੇ ਦੀ ਗੱਲ ਕਰਨੀ ਹੈ ਤੁਹਾਡੇ ਨਾਲ ਮੈਂ ਸਿਮੀਲਰਲੀ ਪੰਜਾਬ ਜੀ ਕੇ ਔਰ ਕਰੰਟ ਅਫੇਅਰ ਦੇ ਸਿਸਟਮ ਬਾਰੇ ਇਹਦੇ ਬਾਰੇ ਵੀ ਗੱਲ ਕਰਨੀ ਹੈ ਔਰ ਪੀ ਐਸ ਟੈਟ ਦਾ ਪੇਪਰ ਉਹਦੇ ਬਾਰੇ ਵੀ ਗੱਲ ਕਰਦੇ ਆਂ ਔਰ ਪਹਿਲਾ ਦੇਖਦੇ ਆ ਕਿ ਪੀਟ੍ਰੀਪਲ ਐਸਬੀ ਬੋਰਡ ਦੇ ਜਿਹੜਾ ਕਿ ਐਕਸ਼ਨ ਲਿੱਤਾ ਸੀ ਉਹਨਾਂ ਨੇ ਉਸ ਦੇ ਵਿੱਚ ਉਹਨਾਂ ਨੇ ਬਾਕੀ ਸਾਰੇ ਪੇਪਰਾਂ ਦੀ ਨਵੀਂ ਡੇਟ ਸੀਟ ਅਨਾਉਂਸ ਕਰ ਦਿੱਤੀ ਔਰ ਕਹਿਤਾ ਕਿ ਇੱਕ ਕੋਰੀਜੰਡਮ ਹੈ ਪਰ ਆਹ ਜਿਹੜੇ ਪੰਜ ਪੇਪਰ ਨੇ that is ਐਕਸਾਈਜ਼ ਇੰਸਪੈਕਟਰ ਦਾ ਪੇਪਰ ਜਿਹੜਾ ਕਿ 21 ਮਈ ਨੂੰ ਹੋਣਾ ਕਲਰਕਮ ਡਾਟਾ ਐਂਟਰੀ ਆਪਰੇਟਰ ਜਿਹੜਾ 25 ਜੂਨ ਨੂੰ ਹੋਣਾ ਕਲਰਕ ਦਾ ਪੇਪਰ ਜਿਹੜਾ ਕਿ 16 ਜੁਲਾਈ ਨੂੰ ਹੋਣਾ ਮਲਟੀਫਿਸਕਡ ਵਰਕਰ ਜਿਹੜਾ ਕਿ 10 ਜੂਨ ਨੂੰ ਹੋਣਾ ਔਰ ਲੈਬ ਟੈਕਨੀਸ਼ੀਅਨ ਦਾ ਜਿਹੜਾ ਕਿ 10 ਜੂਨ ਨੂੰ ਹੋਣਾ ਇਹਨਾਂ ਪੇਪਰਾਂ ਦੀ ਡੇਟ ਹਾਲੇ ਤੱਕ ਅਨਾਉਂਸ ਨਹੀਂ ਕੀਤੀ ਗਈ ਔਰ 605 ਦੇ ਕੈਡੀਡੇਟਸ ਕੇ ਡੇਟਾਂ ਪੁਰਾਣੀਆਂ ਨੇ ਉਹੀ ਰਹਿਣੀਆਂ ਨੇ ਆਹੀ ਵਾਲੀ ਡੇਟਾਂ ਰਹਿਣੀਆਂ ਨੇ ਕਿ ਇਹਨਾਂ ਦੀਆਂ ਨਵੀਆਂ ਡੇਟਾਂ ਆਣੀਆਂ ਨੇ ਸੋ ਪੀ ਟ੍ਰਿਪਲ ਐਸ ਬੋਰਡ ਨੂੰ ਦੁਬਾਰਾ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹ ਬਾਰੇ ਜਿਹੜਾ 605 ਪਿਆ ਹੋਇਆ ਹੈ ਇਹਨੂੰ ਖਤਮ ਕੀਤਾ ਜਾਵੇ ਤਾਂ ਕਿ ਬੱਚਿਆਂ ਦੇ ਉੱਤੇ ਜਿਹੜਾ ਦਿਮਾਗ ਤੇ ਬੋਝ ਪੈ ਜਾਂਦਾ ਉਹ ਚੀਜ਼ ਖਤਮ ਹੋ ਜਾਵੇ ਉਹ ਇੱਕ ਦੂਜਾ ਇਸ਼ੂ ਹੈ ਇਹਦੇ ਬਾਰੇ ਅਸੀਂ ਉਮੀਦ ਕਰਦੇ ਹਾਂ ਕਿ ਪੀਟ੍ਰੀਪਲੱਸ ਬੋਰਡ ਨੇ ਪਹਿਲਾਂ ਬਹੁਤ ਚੰਗਾ ਕੰਮ ਕੀਤਾ ਹੈ ਦੇਖੇ ਪੇਪਰ ਵੀ ਇਕੱਠੇ ਕਰ ਦਿੱਤੇ ਔਰ ਉਹਨਾਂ ਦੀ ਡਾਟਾ ਦੇ ਬਾਰੇ ਵੀ ਕਲੈਰੀਫਿਕੇਸ਼ਨ ਕਰ ਦਿੱਤੀ ਔਰ ਬੱਚਿਆਂ ਦੇ ਉੱਤੇ ਜਿਹੜਾ ਇੱਕ ਬੋਝ ਸੀਗਾ ਉਹ ਬਹੁਤ ਹਲਕਾ ਕੀਤਾ ਹੈ ਇਹਦੇ ਵਾਸਤੇ ਜਿਹੜਾ ਸੀਗਾ ਪੀਟ੍ਰੀਪਲੱਸ ਬੋਰਡ ਜਿਹੜਾ ਸੀਗਾ ਸਲਾਗਾ ਦਾ ਉਹ ਉਹਨੂੰ ਬੰਦ ਦੀ ਹੈ ਜਿਹੜਾ ਇੱਕ ਨੈਕਸਟ ਇਸ਼ੂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਥੈਟ ਵਾਸ ਪੰਜਾਬ ਜੀਕੇ ਦਾ ਸਿਲੇਬਸ ਜਿਹੜਾ ਹੈ ਪੰਜਾਬ ਜੀਕੇ ਦੇ ਸਿਲੇਬਸ ਦੇ ਵਿੱਚ ਜਿਹੜਾ ਕਿ ਪੀਟ ਨੇ ਅਨਾਉਂਸ ਕੀਤਾ ਹੈ ਕਿਤੇ ਨਾ ਕਿਤੇ ਉਹਦੇ ਚ ਅਨੁਨਤਾਈਆਂ ਹੈਗੀਆਂ ਨੇ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਇਟਸ ਐਂਸ਼ੀਅੰਟ ਹਿਸਟਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਫਿਜ਼ੀਕਲ ਫੀਚਰਸ ਦੀ ਐਂਸ਼ੀਅੰਟ ਹਿਸਟਰੀ ਨਹੀਂ ਹੋਇਆ ਕਰਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚ ਇੱਕ ਚੈਪਟਰ ਜ਼ਰੂਰ ਹੈਗਾ ਉਹਦੇ ਵਿੱਚ ਲਿਖਿਆ ਹੋਇਆ ਹੈ ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਇਟਸ ਇੰਪੈਕਟ ਔਨ ਐਂਸ਼ੀਅੰਟ ਹਿਸਟਰੀ ਜੇ ਇਹ ਹੀ ਚੀਜ਼ ਪਰ ਨਹੀਂ ਤਾਂ ਵੀ ਕਲੀਅਰਿਫਾਈ ਕਰ ਦਿਓ ਜਾਂ ਜੇ ਕੋਈ ਹੋਰ ਚੇਂਜ ਹੈ ਤਾਂ ਦੱਸ ਦਿਓ ਤਾਂ ਕਿ ਬੱਚਾ ਨੂੰ ਇਹਦੇ ਬਾਰੇ ਵੀ ਪਤਾ ਹੋਵੇ ਫਿਰ ਇੱਕ ਚੀਜ਼ ਹੋਰ ਉਹਦੇ ਵਿੱਚ ਮੈਂਸ਼ਨ ਕੀਤੀ ਗਈ ਹੈ ਉਥੇ ਕਿਹਾ ਗਿਆ ਕਿ ਸੋਸ਼ਲ ਇੱਕ ਰਿਲੀਜੀਅਸ ਐਂਡ ਇਕਨੋਮਿਕ ਲਾਈਫ ਆਫ ਪੰਜਾਬ ਕਿਹੜੇ ਪੀਰੀਅਡ ਦੀ ਗੱਲ ਕਰ ਰਹੇ ਆ ਆਪਾਂ ਪ੍ਰੈਜ਼ੈਂਟ ਟਾਈਮ ਦੀ ਗੱਲ ਕਰ ਰਹੇ ਆ ਕਿ ਪਾਸਟ ਦੀ ਗੱਲ ਕਰ ਰਹੇ ਆ ਇਹਦੇ ਬਾਰੇ ਨਹੀਂ ਥਟ ਐਂਸ਼ੀਐਂਟ ਦੇ ਵੇਲੇ ਜੇ ਸਾਡੀ ਜਿਹੜੀ ਸੀਗੀ ਔਰ ਸੋਸ਼ਲ ਲਾਈਫ ਵੀ ਹੋਰ ਸੀ ਰਿਲੀਜੀਅਸ ਲਾਈਫ ਵੀ ਹੋਰ ਸੀਗੀ ਇਕਨੋਮਿਕ ਲਾਈਫ ਵੀ ਹੋਰ ਸੀਗੀ ਫਿਰ ਆਪਾਂ ਮੀਡੀਵਲ ਚ ਗੱਲ ਕਰੀਏ ਉਹਨਾਂ ਚ ਵੀ ਫਰਕ ਸੀਗਾ ਅੱਜ ਦੀ ਟਾਈਮ ਵਿੱਚ ਗੱਲ ਕਰੀਏ ਤਾਂ ਬਿਲਕੁਲ ਇਹਨਾਂ ਚੀਜ਼ਾਂ ਦਾ ਫਰਕ ਹੋ ਗਿਆ ਤਾਂ ਇਹਨਾਂ ਬਾਰੇ ਵੀ ਡੈਫੀਨਿਟਲੀ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿਉਂ ਕਿਉਂਕਿ ਕਿਤੇ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਤਿਆਰੀ ਹੋਣੀ ਹੈ ਤਾਂ ਕਿੱਥੋਂ ਹੋਣੀ ਹੈ ਫਿਰ ਇੱਕ ਚੈਪਟਰ ਹੋਰ ਪਾਤਾ ਇਹਦੇ ਨਾਲ ਹੀ ਉਹ दैट इज ਸੋਸ਼ਲ ਐਂਡ ਕਲਚਰ ਆਫ ਪੰਜਾਬ ਦੂਰਿੰਗ ਮੋਗਲ ਐਂਡ ਅਫਗਾਨ ਰੂਲ 댓 मींस ਕਿ ਜੇ ਆਪਾਂ ਸੋਸ਼ਲ ਐਂਡ ਕਲਚਰ ਆਫ ਪੰਜਾਬ ਪੜਨ ਤਾਂ ਸਿਰਫ ਮੁਗਲ ਐਂਡ ਅਫਗਾਨ ਰੂਲ ਦਾ ਪੜਨ ਹੁਣ ਅਫਗਾਨ ਰੂਲ ਦੇ ਵਿੱਚ ਇਹਦੇ ਚ ਕਿਹੜਾ ਪੀਰੀਅਡ ਆ ਜਾਂਦਾ ਜਦੋਂ ਆਪਾਂ ਮੁਗਲ ਰੂਲ ਦੀ ਗੱਲ ਕਰਦੇ ਹਾਂ ਤਾਂ ਉਹ 1526 ਤੋਂ ਸ਼ੁਰੂ ਹੁੰਦਾ ਤਾਂ ਉਹ 1526 ਤੋਂ ਬਾਅਦ ਵਾਲਾ ਪੜਨ ਕਿ ਉਸ ਤੋਂ ਪਹਿਲਾਂ ਆਪਾਂ ਸਲੇਮ ਡਾਇਨੈਸਟੀ ਵਾਲਾ ਪਾਰਟ ਜਿਹੜਾ ਹੈ ਉਹਦੇ ਚ ਉਹਦੇ ਚ ਵੀ ਕੋਈ ਅਫਗਾਨ ਰੂਲਰ ਰਹੇ ਹੋਣਗੇ ਉਹਨਾਂ ਨੂੰ ਵੀ ਪੜਨ ਹੈ ਜਾਂ ਆਪਾਂ ਕਹੀਏ ਕਿ ਮੁਗਲ ਰੂਲ ਤੋਂ ਬਾਅਦ ਜਾਂ ਆਪਾਂ ਕਹੀਏ ਕਿ ਜਿਵੇਂ ਔਰੰਗਜ਼ੇਬ ਦੇ ਰੂਲ ਤੋਂ ਬਾਅਦ ਜਾਂ ਬਹਾਦਰ ਸ਼ਾਹ ਰੂਲ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਨਾ ਕੋਈ afghan ਰੂਲ ਵੀ ਆਇਆ ਅਹਿਮਦ ਸ਼ਾਹ ਤਾਲੀ ਵੀ ਆਇਆ ਉਸ ਨੂੰ ਪੜਨਾ ਤਾਂ ਜੋ ਵੀ ਹੈ ਉਸ ਚੀਜ਼ ਨੂੰ ਕਲੈਰੀਫਾਈ ਕਰ ਦਿਓ ਕਿਤੇ ਸੰਸ਼ਾ ਨਾ ਰਹੇ ਇਹਨਾਂ ਚੀਜ਼ਾਂ ਦਾ ਔਰ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਤਿਆਰੀ ਹੋਣੀ ਹੈ ਤੇ ਕਿੱਥੋਂ ਹੋਣੀ ਹੈ NCERT ਨੂੰ ਫੋਲੋ ਕਰਨਾ ਤਾਂ ਉਹ ਦੱਸ ਦਿੱਤਾ ਜਾਵੇ ਕਿ NCERT ਕਿਤਾਬਾਂ ਫੋਲੋ ਕਰਨੀਆਂ ਹੈ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬਾਂ ਫਾਲੋ ਕਰਨੀਆਂ ਤਾਂ ਉਹ ਵੀ ਦੱਸ ਦਿੱਤਾ ਜਾਵੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬਾਂ ਫਾਲੋ ਕਰਨੀਆਂ ਨੇ ਪਰ ਕਿਤੇ ਨਾ ਕਿਤੇ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਗੂਗਲ ਤੋਂ ਪੁੱਛ ਕੇ ਜਿਹੜੇ ਸਵਾਲ ਬਣਾਏ ਜਾਣਗੇ ਗੂਗਲ ਦੇ ਵਿੱਚ ਤਾਂ ਜਿੱਥੋਂ ਮਰਜ਼ੀ ਤੁਸੀਂ ਕੋਈ ਚੀਜ਼ ਚੱਕ ਲੋ ਪਰ ਸਟੂਡੈਂਟ ਨੇ ਤਿਆਰੀ ਕਰਨੀ ਹੈ ਤਾਂ ਕਿੱਥੋਂ ਕਰਨੀ ਹੈ ਇਹ ਚੀਜ਼ ਡੈਫੀਨਿਟ ਹੋਣੀ ਚਾਹੀਦੀ ਹੈ ਹੁਣ ਪਿੱਛੇ ਪੇਪਰ ਹੋਇਆ ਸੀਗਾ ਉਹਦੇ ਵਿੱਚ ਹਾਸ਼ਮ ਸ਼ਾਹ ਦੇ ਉੱਤੇ ਕੁਐਸਚਨ ਆਇਆ ਸੀਗਾ ਕਿ ਜਨਮ ਕਿ ਕਦੋਂ ਹੋਇਆ ਪਹਿਲੀ ਗੱਲ ਤਾਂ ਇਹ ਪੇਪਰ ਜਿਹੜਾ ਸੀ ਆਪਾਂ ਦੇਖਦੇ ਹਾਂ ਕਿ ਇਹ ਲੈਂਗੁਏਜ ਦਾ ਪੇਪਰ ਸੀਗਾ ਲੈਂਗੁਏਜ ਦੇ ਪੇਪਰ ਦੇ ਚ ਅਸੀਂ ਕਿਸੇ ਵੀ ਰਾਈਟਰ ਦੀ ਆਪਾਂ ਈਅਰ ਆਫ ਬਰਥ ਪੁੱਛ ਰਹੇ ਹਾਂ ਹੁਣ ਉੱਥੇ ਇੱਕ ਜਗ੍ਹਾ ਤੇ ਉਹਦੇ 1752 ਲਿਖਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚਾਪ ਚ ਲਿਖਿਆ ਹੈ ਇੱਕ ਪਾਸੇ ਇੱਕ ਪਾਸੇ ਲਿਖਿਆ 1735 ਔਰ ਦੂਜੇ ਪਾਸੇ ਲਿਖਿਆ 1752 ਹੁਣ ਕਿਹੜੀ ਚੀਜ਼ ਨੂੰ ਠੀਕ ਮੰਨਿਆ ਜਾਏਗਾ ਤਾਂ ਇੱਥੇ ਤਾਂ ਆਪ ਵੀ ਕਹਿ ਸਕਦੇ ਆ ਕਿ ਇਹ ਦਿਸ ਬੈਟਰ ਕੈਨ ਬੀ ਰੇਜ਼ਡ ਬਿਫੋਰ ਦ ਬੋਰਡ क्योंकि यह स्कूल एजुकेशन बोर्ड ही जो सके दो तरीक दियां हुई तो उत्थे कोई ना कोई लिबरटी मिल जाएगी पर क्वेश्चन इज कि जिथे स्कूल दिताबों कोई ओथेंटीकेटड क्वेश्चन इज ऑथेंटिकेटड कह मटीरियल ओथेंटिकट जो क्वेश्चन पूछे जाएंगे तो वो चीज़ डेफीनेट होनी चाहिए है और सब तो वही गल जब आप करिए वट इज़ करंट अफेयरस हम ਇਹ ਜਿਹੜੇ ਪੇਪਰ ਹੋ ਰਿਹਾ ਹੁਣ ਆਪਾਂ ਹੁਣ ਜਿਹੜੇ ਪੇਪਰ ਹੋ ਰਹੇ ਨੇ ਕੋਈ ਨੋਟੀਫਿਕੇਸ਼ਨ ਜਿਹੜੀ ਹੈਗੀ ਆ ਉਹ 2021 ਚ ਆਈ ਸੀ 2022 ਚ ਆਈ ਸੀ ਤਾਂ ਕਰੰਟ ਅਫੇਅਰ ਉਦੋਂ ਦੇ ਕਿ ਹੁਣ ਜਦੋਂ ਪੇਪਰ ਹੋ ਰਿਹਾ ਹੁਣ ਦੇ ਔਰ ਕਰੰਟ ਅਫੇਅਰ ਦੀ ਡੈਫੀਨੇਸ਼ਨ ਕੀ ਹੈ ਅਸੀਂ ਦੇਖਦੇ ਆਂ ਕਈ ਵਾਰ ਕਹਿੰਦੇ ਜੀ 3 ਮਹੀਨੇ ਕਈ ਵਾਰ ਹੋ ਜਾਂਦਾ 6 ਮਹੀਨੇ ਕਈ ਵਾਰ ਸਾਲ 2 ਸਾਲ ਪੁਰਾਣੇ ਵੀ ਉਹਦੇ ਕੁਐਸਚਨ ਆ ਜਾਂਦੇ ਨੇ ਤਾਂ ਕਰੰਟ ਅਫੇਅਰ ਦੀ ਵੀ ਕੋਈ ਲਿਮਟ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਕਿ ਕਰੰਟ ਅਫੇਅਰ ਕਿਹਨੂੰ ਕਹਿੰਦੇ ਆਪਾਂ ਹੈ ਅੱਜ ਦੀ ਡੇਟ ਦੇ ਵਿੱਚ YouTube ਤੇ ਸੈਂਕੜੀਆਂ ਸਾਈਟਾਂ ਪਈਆਂ ਨੇ ਔਰ ਆਪਣੇ ਆਪਣੇ ਕੁਐਸਚਨ ਘੜ ਕੇ ਉਹ ਪਾਈ ਜਾ ਰਹੇ ਨੇ ਉੱਥੇ ਉਹ ਕੁਐਸਚਨ ਇਜ਼ ਆਰ ਦੋਸ ਕੁਐਸਚਨਸ ਰੈਲੇਵੈਂਟ অর ਨਾਟ ਠੀਕ ਹੈ ਜੀ ਰੈਲੇਵੈਂਸ ਕਿਸ ਚੀਜ਼ ਦੀ ਹੈਗੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਦਾ ਸੀਗਾ ਡੈਫੀਨਿਟਲੀ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਮੈਨੂੰ ਨਿਰਾਸ਼ਾ ਹੋਈ ਜਦੋਂ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਹ ਇਨਫੋਰਮੇਸ਼ਨ ਕਿ ਕਰੰਟ ਅਫੇਅਰ ਕੀ ਚੀਜ਼ ਹੈ ਇਹ ਬਹੁਤ ਹੀ ਇੱਕ ਸੈਂਸਿਟਿਵ ਤੇ ਸੀਕ੍ਰੀਟ ਇਨਫੋਰਮੇਸ਼ਨ ਹੈਗੀ ਹੈ ਇਹਦੇ ਬਾਰੇ ਤੁਹਾਨੂੰ ਜਾਣੂ ਨਹੀਂ ਕਰ ਸਕਦੇ ਜਿਹੜੀ ਚੀਜ਼ ਖਬਰਾਂ ਚ ਆ ਰਹੀ ਹੈ ਉਹ ਸੀਕ੍ਰੀਟ ਹੋ ਸਕਦੀ ਹੈ ਕਦੇ ਵੀ ਉਹ ਜਾਂ ਉਹ ਸੈਂਸਿਟਿਵ ਹੋ ਸਕਦੀ ਹੈ ਤੁਹਾਡੀ ਆਪਣੀ ਸਮਝ ਜਿਹੜੀ ਸੀਗੀ ਉਹ ਉੱਥੇ ਤੁਸੀਂ बिकॉज़ ਤੁਸੀਂ ਉਹਦੇ ਬਾਰੇ ਕੋਈ ਚੰਗਾ ਫੈਸਲਾ ਨਹੀਂ ਲੈਂਦਾ ਹੋਇਆ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੁਕਾ ਕੇ ਰੱਖਣਾ ਚਾਹੁੰਦੇ ਹੋ ਮੈਂ ਫੇਰ ਕਹਾਂਗਾ ਕਿ ਇਹਨਾਂ ਚੀਜ਼ਾਂ ਨੂੰ ਡੈਫੀਨਿਟਲੀ ਹੋਣੇ ਹੀ ਕਲੈਰੀਫਾਈ ਕਰਨਾ ਚਾਹੀਦਾ ਨਹੀਂ ਤਾਂ ਜਿਹਾ ਸੀਗਾ ਇਹਦੇ ਬਾਰੇ ਸ਼ੰਸ਼ਾ ਪਨਿਆ ਰਹਿੰਦਾ ਹੋ ਔਰ ਲਾਸਟਲੀ ਪੀਐਸਟਟ ਦਾ ਪੇਪਰ ਪੀਐਸਟਟ ਦਾ ਪੇਪਰ ਤਾਂ ਦੁਬਾਰਾ ਹੋ ਰਿਹਾ ਬਹੁਤ ਚੰਗੀ ਗੱਲ ਹੈ ਜਿਹੜੀ ਗਲਤੀ ਹੋ ਗਈ ਸੁਧਾਰ ਕਰ ਲਿੱਤਾ ਉਹਦਾ ਪੀਐਸਟਟ ਵਨ ਦੇ ਪੇਪਰ ਵਿੱਚ ਜਿਹੜੀ ਅਸੀਂ ਦੇਖਦੇ ਹਾਂ ਕਿ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਪੇਪਰ ਦਾ ਇੱਕ ਸਫਾ ਖਾਲੀ ਰਿਹਾ ਹੈ ਬਹੁਤ ਜਗ੍ਹਾ ਦੇ ਉੱਤੇ ਔਰ ਉਸ ਨੂੰ ਜਰਾ ਸੀਗਾ ਬਾਹਰੋਂ ਫੋਟੋ ਕਾਪੀ ਕਰਾ ਕੇ ਦਿੱਤਾ ਗਿਆ ਜਦੋਂ ਆਪਾਂ ਐਸੇ ਕੰਮ ਕਰਦੇ ਹਾਂ ਤਾਂ ਪੇਪਰ ਦੀ ਇੰਟੈਗਰਿਟੀ ਦਾ ਡੈਫੀਨਿਟਲੀ ਜੀ ਉੱਥੇ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਗਈ ਔਰ ਇਹਨਾਂ ਗਲਤੀਆਂ ਐਸੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਮੈਨੂੰ ਡਰ ਲੱਗਦਾ ਇਸ ਚੀਜ਼ ਦਾ ਕਿ ਕਤੇ ਕੱਲ ਨੂੰ ਜੇ ਇਹਨਾਂ ਦੇ ਉੱਤੇ ਕੋਈ ਹੁਣੇ ਵੀ ਐਕਸ਼ਨ ਨਹੀਂ ਲਿੱਤਾ ਗਿਆ ਤਾਂ ਕੱਲ ਨੂੰ ਕੋਈ ਕੋਰਟ ਵਿੱਚ ਜਾ ਕੇ ਉੱਥੇ ਇਸ਼ੂ ਖੜਾ ਕਰ ਦਵੇ ਔਰ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਦੇ ਉੱਤੇ ਕੋਈ ਸਟੇ ਲੱਗ ਜਾਏ ਤਾਂ ਫੇਰ ਉਹੜਾ ਸਾਰੇ ਕੈਂਡੀਡੇਟ ਸਾਡੇ ਸੀ ਆਪੇ ਖਤਰੇ 'ਚ ਪੈ ਜਾਂਦਾ ਜਿਵੇਂ ਆਪਾਂ ਪਿੱਛੇ ਦੇਖੀਏ ਕਿ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਗਏ ਸੀਗੇ ਔਰ ਕਿਸੇ ਨੇ ਜਾ ਕੇ ਕੋਰਟ ਦੇ ਵਿੱਚ ਸਟੇਲ ਮੰਗਿਆ ਕਿ ਜੀ ਪੇਪਰ ਠੀਕ ਤਰੀਕੇ ਨਾਲ ਨਹੀਂ ਹੋਇਆ ਔਰ ਉਹਦੇ ਕੁਝ ਹੋਰ ਉਤਾਈਆਂ ਸੀਗੇ ਕਿਸੇ ਨੂੰ ਵੇਟੇ ਜਾ ਦਿੱਤੀ ਕਿਸੇ ਨੂੰ ਕੱਢ ਦਿੱਤੀ ਗਈ ਔਰ ਉਹਦੇ ਬੇਸਿਸ ਦੇ ਉੱਤੇ ਅਸੀਂ ਦੇਖਿਆ ਕਿ ਉਹਦੇ ਸਟੇ ਲੱਗ ਗਿਆ ਹੁਣ ਸਟੇ ਲੱਗਿਆ ਵੀ ਕਿੰਨੀ ਦੇਰ ਹੋ ਗਈ ਔਰ ਪਤਾ ਨਹੀਂ ਉਹਨਾਂ ਦਾ ਕੀ ਬਣਨਾ ਕਈ ਲੋਕੀ ਨੌਕਰੀਆਂ ਛੱਡ ਕੇ ਜਿਹੜੇ ਸੀ ਜੋਇਨ ਕੀਤੇ ਸੀਗੇ ਕਈ ਲੋਕਾਂ ਨੇ ਜਿਹੜਾ ਸੀਗਾ ਪਤਾ ਨਹੀਂ ਪਹਿਲੀ ਵਾਰ ਜੋਇਨ ਕੀਤਾ ਹੋਇਆ ਪਰ ਕਈ ਡੈਫੀਨੇਟਲੀ ਬਹੁਤ ਸਾਰੇ ਐਸੇ ਸੀ ਜਿਨ੍ਹਾਂ ਨੇ ਪੁਰਾਣੀਆਂ ਨੌਕਰੀਆਂ ਰਿਜ਼ਾਈਨ ਕਰਕੇ ਜਿਹੜਾ ਸੀਗਾ ਉੱਥੇ ਜਾ ਕੇ ਜੋਇਨ ਕੀਤਾ ਉਹਨਾਂ ਦਾ ਐਸੇ ਕੈਂਡੀਡੇਟ ਦਾ ਕੀ ਬਣਦਾ ਔਰ ਕੱਲ ਨੂੰ ਉਹਨਾਂ ਦਾ ਕੀ ਬਣੇਗਾ ਦੈਟ ਇਜ਼ ਆਲਸੋ ਇੰਪੋਰਟੈਂਟ ਔਰ ਜਦੋਂ ਤੱਕ ਇਹ ਅਨਿਸ਼ਚਿਤਤਾ ਬਣੀ ਰਹੇਗੀ ਉਦੋਂ ਤੱਕ ਜਿਹੜਾ ਸੀਗਾ ਅਸੀਂ ਕਹਿ ਸਕਦੇ ਕਿ ਜਵਾਨੀ ਦਾ ਭਵਿੱਖ ਜਿਹੜਾ ਸੀਗਾ ਉਹ ਵੀ ਕਿਤੇ ਨਾ ਕਿਤੇ ਦਾ ਸੀਗਾ ਸਸਪੈਂਸ ਦੇ ਵਿੱਚ ਰਹਿ ਜਾਂਦਾ ਹੈ ਸੋ ਇਹਨਾਂ ਸਸਪੈਂਸ ਨੂੰ ਖਤਮ ਕੀਤਾ ਜਾਵੇ ਔਰ ਚੰਗੇ ਡਿਸੀਜਨ ਜਿਹੜੇ ਸੀਗੇ ਜਿਵੇਂ ਕਿ ਹੁਣ ਪਿੱਛੇ ਵੀ ਲੈਤੇ ਨੇ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਲਾਸਟ ਡਿਸੀਜਨ ਹੋਇਆ ਪੀਟੀਵਰਸ ਬੋਰਡ ਦਾ ਚੰਗਾ ਡਿਸੀਜਨ ਸੀਗਾ ਇਸ ਤਰੀਕੇ ਨਾਲ ਬਾਕੀ ਦੇ ਮਾਮਲਿਆਂ ਨੂੰ ਵੀ ਸੁਲਝਾਇਆ ਜਾਵੇ ਤਾਂ ਕਿ ਬੱਚਿਆਂ ਦਾ ਚੰਗੇ ਨਿਸ਼ਚਿੰਤ ਹੋ ਕੇ ਪੇਪਰ ਦੇ ਸਕਣ Thank you.